ਇਕ ਓੰਕਾਰ ਸਤਨਾਮ ਓੰਕਾਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ जुगाड़ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਡੰਡਾਉਤ ਬੰਦਨ ਅਨਕਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਕੇ ਗ੍ਰਹਿ ਮੰਦਰ ਬਣਿਆ ਸੇਰੀ ਸਤਗੁਰ ਹਰ ਰਾਇ ਕੈ ਨਾਇ ਧਿਆਏ ਅਗ ਜਾਏ ਕਾਰ ਪਦ ਪਰ ਪਰ ਨਾਮ ਕੈ ਜਹਤੇ ਨਿਦ ਸੇ ਦ ਆਏ ਦਸੂ ਪਾਸੇ ਕੀ ਆਤਮਿਕ ਸਰੂਪ ਹਲਤ ਪਲਤ ਦੇ ਰਾਖੇ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਸਾ ਜੀ ਉਹਨਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਅੱਜ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਸਾ ਜੀ ਦੀ ਸਤਵੀਂ ਜੋਤ ਸ੍ਰੀ ਹਰ ਰਾਏ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਹੈ ਸਤਿਗੁਰੂ ਸ੍ਰੀ ਹਰ ਰਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਮਹਾਨ ਆਗਮਨ ਪੂਰਵ ਜਿੱਥੇ-ਜਿੱਥੇ ਵੀ ਗੁਰਨਾਨਕ ਨਾਮ ਲੇਵਾ ਸਿਖ ਰਹਿੰਦਾ ਹੈ ਆਪਣੀ-ਆਪਣੀ ਸਮਰੱਥਾ ਦੇ ਮੁਤਾਬਕ ਸੱਚੇ ਪਾਤਸ਼ਾਹ ਪਵਿੱਤਰ ਉਹਨਾਂ ਦੀ ਆਗਮਨ ਦੀਆਂ ਖੁਸ਼ੀਆਂ ਦੇ ਅੰਦਰ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਪੜ੍ਹ ਕੇ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਸੇਵ ਲੈ ਕੇ ਆਪਣੇ ਜੀਵਨ ਦੇ ਵਿੱਚ ਕੁਝ ਢਾਲਣ ਦੀ ਆਪਾਂ ਵੀ ਕੋਸ਼ਿਸ਼ ਕਰੀਏ ਜਿੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਪਣੀ ਸਮਰੱਥਾ ਦੇ ਮੁਤਾਬਕ ਸਿੱਖ ਸੰਗਤਾਂ ਸੱਚੇ ਪਾਤਸ਼ਾਹ ਦਾ ਮਹਾਨ ਪ੍ਰਕਾਸ਼ਪੁਰ ਮਨਾ ਰਹੀਆਂ ਨੇ ਆਓ ਕੁਝ ਪੰਚੀ ਚਾਤ ਸਤਿਗੁਰੂ ਸ੍ਰੀ ਹਰਿ ਰਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਕੁਝ ਮਾਰ ਕੇ ਆਪਾਂ ਵੀ ਆਪਣੇ ਜੀਵਨ ਦੇ ਵਿੱਚ ਕੁਝ ਢਾਲਣ ਦੀ ਕੋਸ਼ਿਸ਼ ਕਰੀਏ ਗੁਰਦੇਵ ਸੱਚੇ ਪਾਸਾ ਇਸ ਸੰਸਾਰ ਦੇ ਅੰਦਰ ਜਿਸ ਤਰ੍ਹਾਂ ਆਪਾਂ ਧੰਨ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਮਹਾਰਾਜ ਸੱਚੇ ਪਾਸ ਸੇ ਪਵਿੱਤਰ ਬਾਣੀ ਪੜਦੇ ਆ ਉਸ ਦੇ ਅੰਦਰ ਬਚਨ ਆਉਂਦਾ ਹੈ ਪਾਸੇ ਲਿਖਦੇ ਨੇ ਸਤ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤ ਗੁਰੂ ਬੈਠਾ ਆਇ ਉਹ ਕਿਹੜੀ ਧਰਤੀ ਹਰੀ ਭਰੀ ਹੋਈ ਅੱਜ ਅਦੇ ਉਹ ਧਰ ਤੇ ਸ੍ਰੀ ਕੀਰਤਪੁਰ ਸਾਹਿਬ ਉਹ ਹਰੀ ਭਈ ਹਰੀ ਭਰੀ ਹੋ ਸ੍ਰੀ ਕੀਰਤਪੁਰ ਸਾਹਿਬ ਸ੍ਰੀ ਹਰ ਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਨੇ ਆਪ ਇਹ ਨਗਰ ਵਸਾਇਆ ਸੀ ਜਿਸ ਵੇਲੇ ਸਤਿਗੁਰੂ ਸ੍ਰੀ ਹਰ ਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 52 ਰਾਜਿਆਂ ਨੂੰ ਗਵਾਲੀਅਰ ਦੀ ਕੈਦ ਤੋਂ ਛਡਵਾਇਆ ਉਹਨਾਂ ਦੇ ਵਿੱਚ ਉਹ ਹਰੀਚੰਦ ਨਾਂ ਦਾ ਰਾਜਾ ਸਤਗੁਰੂ ਸ੍ਰੀ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਉਂਦਾ ਹੈ ਉਹ ਕਹਿੰਦਾ ਸਾਡੇ ਇਲਾਕੇ ਦੇ ਵਿੱਚ ਵੀ ਮਹਾਰਾਜ ਤੁਸੀਂ ਆਪਣੇ ਮੁਬਾਰਕ ਚਰਨ ਪਾਇਆ ਕਰੋ ਕਿਉਂਕਿ ਉਹਨਾਂ ਦਾ ਜੀਵਨ ਉੱਥੇ ਇੱਕ ਨਸ਼ਟ ਖਤਮ ਹੋ ਜਾਣਾ ਹੈ ਤਾਂ ਫਿਰ ਇਹ ਨਗਰ ਜਿਹੜਾ ਹੈ ਕੀਰਤਪੁਰ ਸਾਹਿਬ ਸਤਗੁਰੂ ਸ੍ਰੀ ਹਰਗੋਬਿੰਦ ਸਿੰਘ ਸਰਗੋਬਿੰਦ ਸਾਹਿਬ ਜੀ ਨੇ ਆਪ ਵਰਸਾਸੀ ਉਹ ਧਰਤੀ ਕੀਰਤਪੁਰ ਸਾਹਿਬ ਦੀ ਅਜ ਹਰੀ ਭਰੀ ਹੋ ਗਈ ਜਿੱਥੇ ਗੁਰਦੇਵ ਸਤਿਪੰ ਅਸਾ ਸਿਰੀ ਹਰਾਈ ਮਹਾਰਾਜ ਸਤਿਪੰ ਅਸਾ ਪ੍ਰਕਾਸ਼ ਹੁੰਦਾ ਗੁਰਦੇਵ ਕੇ ਬਚਨ ਕਰਦੇ ਨੇ ਸੇ ਜੰਤ ਪਏ ਹਰਿਆਵਲੇ ਕੱਲੀ ਧਰਤੀ ਹੀ ਹਰੀਪਰੀ ਨਹੀਂ ਹੋਈ ਮਹਾਰਾਜ ਕਹਿੰਦੇ ਨੇ ਸੇ ਜੰਤ ਪਏ ਹਰਿਆਵਲੇ ਜਿਨ ਮੇਰਾ ਸਤਗੁਰੂ ਦੇਖਿਆ ਜਾਏ ਉਹ ਜੀਵ ਹਰੇ ਭਰੇ ਹੋ ਗਏ ਨੇ ਪਾਪ ਖਿੜ ਗਏ ਨੇ ਪਾਪ ਉਹਨਾਂ ਦੇ ਹਿਰਦੇ ਖਿੜ ਗਏ ਜਿਨਾਂ ਨੇ ਸਤਗੁਰ ਜੀ ਦੇ ਦਰਸ਼ਨ ਪਰਸਨ ਕੇ ਗੁਰਦੇਵ ਦੇ ਗਬਚਨ ਨੇ ਕਹਿੰਦੇ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਇ ਉਹ ਪਿਤਾ ਜੀ ਵੀ ਤਾਂ ਤਾਂ ਦਾ ਯੋਗ ਹੋ ਕਿਹੜੇ ਪਿਤਾ ਜੀ ਧੰਨ ਧੰਨ ਬਾਬਾ ਗੁਰਦੇਤਾ ਜਿਨ ਦੇ ਜੋ ਉੱਥੇ ਅਸਥਾਨ ਹੈ ਜੋ ਕੀਰਤਪੁਰ ਸਾਹਿਬ ਦੇ ਕੋਲ ਉੱਥੇ ਬਚਨ ਵੀ ਲਿਖੇ ਨੇ ਲਿਖਿਆ ਧੰਨ ਧੰਨ ਬਾਬਾ ਗੁਰਦੇਤਾ ਜੋ ਵਰ ਮੰਗਿਆ ਸੋਈ ਦਿੱਤਾ ਦੀਰਦੁਣੀ ਦਾ ਟਿਕ ਉਹ ਵੀ ਕਹਿੰਦੇ ਤੰਤਾ ਦੇ ਯੋਗ ਹੋਣ ਤੰਤਨ ਬਾਬਾ ਗੁੰਦਿੱਤਾ। ਕੁਲ ਕਿਹੜੀ ਤੰਨ ਹੋਈ ਤੰਨ ਤਨ ਕੁਲ ਉਹ ਕੁਲ ਜੋ ਸੋਢੀ ਸੁਲਤਾਨ ਗੁਰ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢ ਵੰਸ ਉਹ ਕੁਲ ਵੀ ਤੰਤਾ ਦੇ ਯੋਗ ਹੋ। ਤੰਨ ਤਨ ਸੋ ਜਨਨੀ ਉਹ ਮਾਤਾ ਵੀ ਤੰਤਾ ਦੇ ਯੋਗ। ਉਹ ਮਾ ਧੰਤਾ ਦੇ ਯੋਗ ਹੋ ਗਈ ਜਿਨ੍ਹਾਂ ਦਾ ਇਤਿਹਾਸ ਦੇ ਅੰਦਰ ਨਾ ਮਾਤਾ ਨਿਹਾਲ ਕੌਰ ਦੇ ਆਉਂਦਾ ਅਨੰਤੀ ਜੀ ਕਰਕੇ ਵੀ ਲਿਖਿਆ ਆਉਂਦਾ ਮਿਲਦਾ ਹੈ ਉਹ ਕੁਲ ਵੀ ਧੰਤਾ ਦੇ ਯੋਗ ਹੋ ਗਏ ਪਿਤਾ ਵੀ ਧੰਤਾ ਦੇ ਯੋਗ ਹੋ ਗਿਆ ਉਹ ਜਨਨੀ ਵੀ ਧੰਤਾ ਦੇ ਯੋਗ ਹੋ ਗਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਘਰ ਗ੍ਰਹਿ ਵਿਖੇ ਤਨ ਸ੍ਰੀ ਹਰ ਰਾਇ ਮਹਾਰਾਜ ਸੱਚੇ ਪਾਸਾ ਸਤਵੇਂ ਪਾਸਾ ਕਹਿੰਤੋਂ ਭਾਵ ਸਤਗੁਰੂ ਸ੍ਰੀ ਹਰ ਰਾਇ ਮਹਾਰਾਜ ਸੱਚੇ ਪਾਸਾ ਦੇ ਪਿਤਾ ਜੀ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਜੀ ਮਤ ਅਨੰਤੀ ਜੀ ਕੰਤਨੀ ਜੋ ਮਾਗ ਸੁਦੀ 13 1687 ਬਿਕਰਮੀ ਪਾਲ 1630 ਈਸਵੀ ਨੂੰ ਗੁਰਦੇਵ ਸੱਚੇ ਪਾਸਾ ਜੀ ਕੀਤ ਪਰ ਸਾਹਿਬ ਵਿਖੇ ਸੀਸ ਮਹਿਲ ਵਿਖੇ ਮਹਾਰਾਜ ਜੀ ਅੱਜ ਦਿਨ ਜੋ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਤਨ ਸ੍ਰੀ ਗੁਰੂ ਹਰ राय ਮਹਾਰਾਜ ਸੱਚੇ ਪਾਤਸ਼ਾਹ ਕਿਉਂਕਿ ਜਦੋਂ ਬਾਬਾ ਗੁਰਦਿੱਤਾ ਜੀ ਸਤਗੁਰੂ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਗ੍ਰਹਿ ਵਿਖੇ ਪ੍ਰਗਟ ਹੋਏ ਸਨ ਜਨਮ ਹੋਇਆ ਸੀ ਜਦੋਂ ਉਹਨਾਂ ਦਾ ਤਾਂ ਉਸ ਵੇਲੇ ਬਾਬਾ ਬੁੱਢਾ ਜੀ ਨੇ ਜਦੋਂ ਦਰਸ਼ਨ ਕੀਤੇ ਸਨ ਤਾਂ ਉਸ ਵੇਲੇ ਉਨਾਂ ਨੇ ਚਿਹਰਾ ਮੋਰਾ ਵੇਖ ਕੇ ਇੱਕ ਵਚਨ ਕਰ ਦਿੱਤੇ ਸਨ ਕਿ ਇਹਨਾਂ ਦਾ ਮਹਾਂਦਰਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਦਾ ਕਿਉਂਕਿ ਬਾਬਾ ਬੁੱਢਾ ਜੀ ਨੇ ਉਹ ਮਹਾਨ ਹਸਤੀ ਨੇ ਜਿਨ੍ਹਾਂ ਨੇ ਗੁਰਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੂਭਰੂ ਦਰਸ਼ਨ ਕਰੇ ਕਿਤੇ ਨੇ ਬੜੀ ਸੇਵ ਅਣਥਕ ਸੇਵਾ ਕੀਤੀ ਉਸ ਸਮੇਂ ਤੋਂ ਜੋ ਬਾਬਾ ਸ਼ਬਦ ਹੈ ਉਹ ਬਾਬਾ ਗੁਰਦਿੱਤਾ ਜੀ ਦੇ ਨਾਲ ਲੱਗ ਗਿਆ ਕਿਉਂਕਿ ਸਤਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪੰਜ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਾਲ ਜੀ ਬਾਬਾ ਅਟਲ ਰਾਏ ਜੀ ਬਾਬਾ ਅਣੀ ਰਾਏ ਜੀ ਤੇ ਧੰ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਤੇ ਇੱਕ ਬੱਚੀ ਬੀਬੀ ਬੀਰੋ ਵੀ ਸੀ ਸਤਗੁਰੂ ਸ੍ਰੀ ਹਰ ਰਾਏ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਜਦੋਂ ਹੁੰਦਾ ਹੈ ਉਸ ਵੇਲੇ ਸਤਗੁਰੂ ਹਰਗੋਬਿੰਦ ਸਾਹਿਬ ਦੀ ਸ੍ਰੀ ਅਮਰਤ ਸਰ ਸਾਹਿਬ ਵਿਖੇ ਨੇ ਸਨੇਹਾ ਮਿਲਦਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ਵਰ ਦੇ ਦਰਸਕ ਰਾਣਾ ਜਿੱਥੇ ਕਰਦੇ ਨੇ ਉੱਥੇ ਜਦੋਂ ਦਰਸ਼ਨ ਜਦੋਂ دیدارੇ ਕਰਦੇ ਨੇ ਜਦੋਂ ਬਾਲਕ ਰੂਪ ਵਿੱਚ ਦਰਦਸ਼ਨ ਕਰਦੇ ਨੇ ਤਾਂ ਕਹਿੰਦੇ ਨੇ ਕਿ ਜਿਹੜੀ ਭਾਰੀ ਜੋ ਕੀਮਤ ਭਾਰੀ ਜੋ ਹੈ ਵਸਤੂ ਵੱਡੀ ਜਿਹੜੀ ਵਸਤੂ ਹੈ ਵੱਡੀ ਜਿਹੜੀ ਦਾਤ ਹੈ ਉਹ ਲੈਣ ਵਾਲਾ ਆ ਗਿਆ ਬਚਨ ਕਰਦੇ ਨੇ ਤੇ ਆਪ ਮਹਾਰਾਜ ਜੀ ਨੇ ਸਤਗੁਰ ਜੀ ਦਾ ਨਾਮ ਵੀ ਜਿਹੜਾ ਨਾਮ ਕਰਨ ਵੀ ਉਹ ਹਰਗੋਬਿੰਦ ਸਾਹਿਬ ਦਾਦਾ ਜੀ ਜੋ ਲਗਦੇ ਸੋਢੀ ਸੁਲਤਾਨ ਗੁਰ RAMDAS ਮਹਾਰਾਜ ਸੱਚੇ ਪਾਸੇ ਪੁੱਤਰੇ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਸ੍ਰੀ ਹਰਗੋਬਿੰਦ ਸਾਹਿਬ ਦੇ ਪੁੱਤਰੇ ਨੇ ਬਾਬਾ ਹਰ राय ਜੀ ਮਹਾਰਾਜ ਤੁਹ ਮਹਾਰਾਜ ਜੀ ਨੇ ਨਾਮ ਕਰਨ ਵੀ ਆਪ ਹਰ ਰਾਏ ਉਹ ਪਰਮੇਸ਼ਵਰਵਾਚਕ ਮਹਾਰਾਜ ਸੱਚੇ ਪਾਸਾ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਉਹ ਆਜ ਕ ਜਿਹੜਾ ਨਾਮ ਹੈ ਉਹ ਸਤਿਗੁਰੂ ਹਰ ਗੋਬਿੰਦ ਸਿੰਘ ਹਰ ਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਸਾ ਦੀ ਆਪ ਰੱਖਦੇ ਨੇ ਸਤਿਗੁਰੂ ਸ੍ਰੀ ਹਰ ਰਾਏ ਮਹਾਰਾਜ ਸੱਚੇ ਪਾਸਾ ਦੇ ਜੀਵਨ ਦੇ ਅੰਦਰ ਬੜੀਆਂ ਘਟਨਾਵਾਂ ਵਿਚਰਦੀਆਂ ਨੇ ਗੁਰਦੇਵ ਸੱਚੇ ਪਾਸਾ ਕਿਉਂਕਿ ਬਾਬਾ ਗੁਰਦੀਤਾ ਜੀ ਜਦੋਂ ਸਤਗੁਰੂ ਸ੍ਰੀ ਹਰਿ ਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚਾਰ ਕੁ ਸਾਲ ਦੇ ਸਨ ਉਸ ਵੇਲੇ ਬਾਬਾ ਗੁਰਦਿੱਤਾ ਜੀ ਨੇ ਇੱਕ ਮਰੀ ਹੋਈ ਗਊ ਜਵਾਦ ਦਿੱਤੀ ਜੋ ਗੁਰਨਾਲਕ ਦੇ ਘਰ ਦੇ ਅੰਦਰ ਵਿਧਾਨ ਸਿਧਾਂਤ ਦੇ ਉਲਟ ਹੈ ਤਾਂ ਫਿਰ ਜਦੋਂ ਬਾਬਾ ਅਟਲ ਰਾਏ ਨੇ ਵੀ ਪਹਿਲਾਂ ਆਪਣੇ ਮਿੱਤਰ ਮੋਹਨ ਜੀ ਨੂੰ ਜਵਾਦ ਦਿੱਤਾ ਸੀ ਉਹ ਵੀ ਲੀਨ ਹੋ ਗਏ ਸਨ ਤਾਂ ਬਾਬਾ ਗੁਰਦਿੱਤਾ ਜੀ ਵੀ ਜੋ ਸਤਿਗੁਰੂ ਸ੍ਰੀ ਹਰ Rai ਮਹਾਰਾਜ ਸੱਚੇ ਪਾਤਸ਼ਾਹ ਛੋਟੀ ਕਵਸਤਾ ਹੈ ਬਾਬਾ ਗੁਰਦਿੱਤਾ ਜੀ ਵੀ ਉਸ ਸਮੇਂ ਫਿਰ ਲੀਨ ਹੋ ਜਾਂਦੇ ਤਾਂ ਸ੍ਰੀ ਹਰ Rai ਸਾਹਾ ਮਹਾਰਾਜ ਜੀ ਤਨ ਮੇਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਲ ਹਰ ਵਕਤ ਰਹਿੰਦੇ ਨੇ ਪਾਲਣ ਪੋਸਣ ਪਾਤਸ਼ਾਹ ਦੀ ਦੇਖ ਰੇਖ ਦੇ ਅੰਦਰ ਹੁੰਦਾ ਹੈ ਮਹਾਰਾਜ ਜੀ ਨੇ ਬਚਪਨ ਦੇ ਵਿੱਚ ਹੀ ਜੋ ਪਵਿੱਤਰ ਬਾਣੀ ਦੀ ਵਿਦਿਆ ਅਤੇ ਮਹਾਰਾਜ ਸੱਚੇ ਪਾਸੰ ਨੇ ਹੋਰ ਜਿਹੜੀ ਸ਼ਾਸਤਰ ਵਿੱਦਿਆ ਹੈ ਔਰ ਸਾਰੇ ਤੀਰ ਅੰਦਾਜ਼ੀ ਸਾਰੀ ਹੀ ਸ਼ਾਸਤਰ ਵਿੱਦਿਆ ਦੇ ਅੰਦਰ ਸਤਿਗੁਰੂ ਸ੍ਰੀ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਸੰ ਨੇ ਪੂਨ ਕਰ ਦਿੱਤਾ ਬਚਪਨ ਦੇ ਅੰਦਰ ਸਤਿਗੁਰੂ ਜੀ ਸ੍ਰੀ ਹਰ ਰਾਏ ਸਾਹਿਬ ਜੋ ਵੱਡਾ ਚੋਲਾ ਪਹਿਨਦੇ ਸਨ ਤਾਂ ਇੱਕ ਦਿਨ ਜੋ 9 ਲੱਖਾ ਬਾਗ ਹੈ ਉਸ ਦੇ ਵਿੱਚ ਵਿਚਰਦੇ ਆ ਸਤਿਗੁਰੂ ਸ੍ਰੀ ਹਰ ਰਾਏ ਸਾਹਿਬ ਜੀ ਦੇ ਚੋਲੇ ਦੇ ਨਾਲ ਇੱਕ ਜਿਹੜਾ ਹੈ ਉਹ ਸੁੰਦਰ ਫੁੱਲ ਉਹ ਫਸ ਕੇ ਅਚਾਨਕ ਟੁੱਟ ਜਾਂਦਾ। ਪਾਸਾ ਸ੍ਰੀ ਹਰਾਈ ਦੀ ਬੜੇ ਬਿਰਾਗ ਦੇ ਵਿੱਚ ਆਉਂਦੇ। ਇਹਨਾਂ ਨੂੰ ਬਿਰਾਗ ਦੇ ਵਿੱਚ ਹਿਰਦਾ ਕੋਮਲ ਹੈ। ਬਿਰਾਗ ਦੇ ਵਿੱਚ ਕੋਮਲ ਹਿਰਦੇ ਨੂੰ ਵੇਖਦਿਆਂ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਦੀ ਪੁੱਛਦੇ ਨੇ ਕੀ ਹੋਇਆ? ਕਹਿੰਦੇ ਜੀ ਅੱਜ ਮੇਰੇ ਚੋਲੇ ਦੇ ਨਾਲ ਇੱਕ ਜਿਹੜਾ ਫੁੱਲ ਟੁੱਟ ਗਿਆ। ਬਾਸਾ ਵਚਨ ਕਰਦੇ ਨੇ ਕਹਿੰਦੇ ਜੇ ਵੱਡਾ ਚੋਲਾ ਪਾਣਾ ਹੈ ਤਾਂ ਦਾਮਨ ਸੰਭਾਲ ਕੇ ਚੱਲਣਾ ਪੈਂਦਾ ਹੈ। ਇਹ ਸਾਰਾ ਸੀ ਕਿ ਜੇ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਨੇ ਤਾਂ ਬੜਾ ਸੋਚ ਸਮਝ ਕੇ ਚੱਲ। ਤਾਂ ਉਸ ਤੋਂ ਬਾਅਦ ਸ੍ਰੀ ਹਰਿ ਰਾਏ ਮਹਾਰਾਜ ਜੀ ਨੇ ਆਪਣਾ ਚੋਲਾ ਜਿਹੜਾ ਹੈ ਉਹ ਬੜਾ ਸੰਭਾਲ ਕੇ ਚੱਲਦੇ ਸਨ। ਪਕੜ ਕੇ ਸਿਰ ਦੇ। ਬਾਣੀ ਦਾ ਬੜਾ ਸਤਕਾਰ ਸੱਚੇ ਪਾਤਸ਼ਾਹ ਜੀ ਕਰਦੇ ਸਨ ਸ੍ਰੀ ਹਰ ਰਾਇ ਸਾਹਿਬ। ਵੱਡੇ ਗੁਰੂ ਸਾਹਿਬਾਨ ਵੀ ਬਾਣੀ ਦਾ ਸਤਕਾਰ ਕਰਦੇ ਨੇ। ਸ੍ਰੀ ਹਰ ਰਾਇ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਵੱਡਿਆਂ ਗੁਰੂ ਸਾਹਿਬਾਨਾਂ ਦੀ ਤਰ੍ਹਾਂ ਬਾਣੀ ਦਾ ਬੜਾ ਅਦਬ ਕਰਦੇ। ਕਹਿੰਦੇ ਨੇ ਇੱਕ ਦਿਨ ਸਤਗੁਰੂ ਸ੍ਰੀ ਹਰ ਰਾਇ ਸਾਹਿਬ ਦੀ ਪਲੰਘ ਤੇ ਬਿਰਾਜਮਾਨ ਆਰਾਮ ਫਰਮਾ ਰਹੇ। ਸਿੱਖ ਸੰਗਤਾਂ 'ਚ ਪਵਿੱਤਰ ਬਾਣੀ ਪੜ੍ਹਦੀ ਆਉਂਦੀਆਂ ਜਦੋਂ ਪਵਿੱਤਰ ਬਾਣੀ ਪੜ੍ਹਦੀ ਆਉਂਦੀਆਂ ਨੇ ਜਦੋਂ ਕੰਨਾਂ ਦੇ ਵਿੱਚ ਆਵਾਜ਼ ਪਈ ਕਾਲੀ ਦੇ ਨਾਲ ਪਲੰਘ ਤੋਂ ਉੱਠਦੇ ਨੇ ਉੱਠਣ ਦੇ ਨਾਲ ਉਹਨਾਂ ਦੇ ਗੋਡੇ ਤੇ ਸੱਟ ਲੱਗ ਜਾਂਦੀ ਹੈ ਖੂਨ ਸਿੰਮਦਾ ਹੈ ਪਰ ਸਤਿਗੁਰੂ ਸੰਗਤਾਂ ਦੇ ਵਿੱਚ ਆ ਜਾਂਦੇ ਨੇ ਪਿਆਰੇ ਸਿੱਖ ਜੋ ਜਾਨ ਤੋਂ ਵੀ ਵੱਧ ਸਤਿਗੁਰੂ ਜੀ ਨੂੰ ਪਿਆਰ ਕਰਦੇ ਨੇ ਵਾਸਾ ਜੀਨ ਕੁੱਤੇ ਨੇ ਇਹ ਸੱਟ ਕਿਵੇਂ ਲੱਗੀ ਮਹਾਰਾਜ ਇਹ ਖੂਨ ਕਿਉਂ ਸਿੰਮ ਗਿਆ ਕਵਾਸਕੰਦੇ ਤੁਸੀਂ ਬਾਣੀ ਪੜਦੇ ਆਂਦੇ ਸੋ ਅਸੀਂ ਪਲੰਘ ਤੇ ਵਿਰਾਜਮਾਨ ਸਾਂ ਜਦੋਂ ਕੰਨਾਂ ਦੇ ਵਿੱਚ ਆਵਾਜ਼ ਪਈ ਤੇ ਕਾਲੀ ਦੇ ਨਾਲ ਜਦੋਂ ਉੱਠੇ ਤਾਂ ਇਹ ਸੱਤ ਲੱਗੀ ਸੰਗਤ ਗੰਦੀ ਮਹਾਰਾਜ ਤੁਸੀਂ ਗੁਰੂ ਹੋ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਸ ਵੇਲੇ ਗੁਰਤਾ ਗੱਦੀ ਨਹੀਂ ਮਿਲੀ ਸੀ ਬਾਣੀ ਪੜਦੇ ਸੰਸਿਕ ਮਹਾਰਾਜ ਤੁਸੀਂ ਗੁਰੂ ਹੋ ਸਮਰਾਥ ਹੋ ਤੁਸੀਂ ਤਾਂ ਕਵਾਸਕੰਦੇ ਨਹੀਂ ਸੱਜਣੋ ਬਤਨ ਕਰਦੇ ਨੇ ਮਹਾਰਾਜ ਜੀ ਕਹਿੰਦੇ ਜਿਨ ਭੈ ਬਾਣੀ ਆਦਬ ਨਹੀਂ ਧਾਰਾ ਜਾਣੋ ਸੋ ਸਿੱਖ ਨਹੀਂ ਅਮਰ ਜਿਹਨੇ ਬਾਣੀ ਦਾ ਭੈ ਨਹੀਂ ਰੱਖਿਆ ਜਿਹਨੇ ਬਾਣੀ ਦਾ ਆਦਬ ਸਤਕਾਰ ਨਹੀਂ ਕੀਤਾ ਕਹਿੰਦੇ ਉਹ ਸਾਡਾ ਸਿੱਖ ਨਹੀਂ ਹੋ ਸਕਦਾ ਸੋ ਬਾਣੀ ਦਾ ਬੜਾ ਸਤਕਾਰ ਮਹਾਰਾਜ ਸੱਚੇ ਪਾਸ ਅਜੀ ਕਰਦੇ ਨੇ ਪਰ ਇੱਕ ਦਿਨ ਗੁਰਸਿੱਖ ਸੰਗਤਾਂ ਕਿਉਂਕਿ ਸਾਡਾ ਸੁਭਾਅ ਅਸੀਂ ਵੀ ਕਹਿ ਦਿੰਦੇ ਆ ਕਈ ਵਾਰੀ ਇਹ ਸਾਰਿਆਂ ਦਾ ਸਾਡਾ ਸੁਭਾਅ ਇੱਕ ਬਾਣੀ ਪੜ੍ਹਦਿਆਂ ਨਾਲ ਬੜਾ ਚੀ ਹੋ ਗਿਆ ਕੁਝ ਖੇਡ ਨਹੀਂ ਬਣੀ ਤਾਂ ਇੱਕ ਸਿੱਖ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦਾ ਸੱਚੇ ਪਾਤਸ਼ਾਹ ਅਸੀਂ ਪਵਿੱਤਰ ਬਾਣੀ ਪੜ੍ਹਦੇ ਆ ਸਾਨੂੰ ਕੁਝ ਸਮਝ ਨਹੀਂ ਆਉਂਦੀ ਸਾਨੂੰ ਅਰਥਾਂ ਦੀ ਸਮਝ ਵੀ ਨਹੀਂ ਪੈਂਦੀ ਬਚਨ ਕੀਤੇ ਕਹਿੰਦੇ ਪਾਠ ਕਰੇ ਹਮ ਨਿਤ ਗੁਰ ਬਾਣੀ ਆਰਥ ਪਰਮਾਰਥ ਕਿਛੁ ਨਾ ਜਾਣ ਜੋ ਮਾਰਗ ਗੁਰ ਸ਼ਬਦ ਪਤਾਵੇ ਸੋ ਹੰਤੇ ਹਮ ਨਹੀਂ ਕਮਾ ਲਾ ਕਹਿੰਦੇ ਸੱਚੇ ਪਾਸਾ ਪਾਠਾ ਕਰਦੇ ਆ ਬਾਣੀ ਦਾ ਸਾਨੂੰ ਅਰਥਾਂ ਦੀ ਵੀ ਸਮਝ ਨਹੀਂ ਸਾਨੂੰ ਪਰਮਾਰਥ ਵੀ ਦੀਵ ਸਮਝ ਨਹੀਂ ਜੋ ਗੁਰੂ ਸ਼ਬਦ ਕਹਿੰਦਾ ਸੱਚੇ ਪਾਸਾ ਅਸੀਂ ਉਸ ਤੇ ਚਿਰਦੇ ਵੀ ਨਹੀਂ ਵਾਸਾ ਕਿਸੇ ਬਾਣੀ ਪੜ ਨਹੀਂ ਛੜਦੀ ਮਹਾਰਾਜੀ ਚੁੱਪ ਕਰ ਬੈਠੇ ਕਿਉਂਕਿ ਗੁਰਦੇਵ ਸੱਚੇ ਪਾਸਾ ਜੋ ਕਿਸੇ ਸਵਾਲ ਦਾ ਜਵਾਬ ਦਿੰਦੇ ਸਨ ਉਸ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਦਿਖਾਉਣਾ ਚਾਹੁੰਦੇ। ਇੱਕ ਦਿਨ ਸਿੱਖ ਸੰਗਤਾਂ ਨਾਲ ਤੁਰਿਆਂ ਜਾਂਦੇ ਨੇ। ਉਹ ਸਵਾਲ ਕਰਤਾ ਵੀ ਨਾਲ ਸਤਿਗੁਰ ਜੀ ਦੇ ਜਾਂਦਾ। ਕਾਫੀ ਤੁਰ ਜਾਣ ਤੋਂ ਬਾਅਦ ਸਵੇਰ ਦਾ ਸਮਾਂ ਹੈ। ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈ ਰਹੀਆਂ ਨੇ। ਇੱਕ ਦੂਰ ਇੱਕ ਚਮਕ ਪੈ ਰਹੀ ਹੈ ਕਿ ਸੂਰਜ ਦੀਆਂ ਕਿਰਨਾਂ ਦੀ ਚਮਕ ਪੈ ਰਹੀ ਹੈ ਕਿਸੇ ਚੀਜ਼ ਤੇ। ਗੁਰਦੇਵ ਕਹਿੰਦੇ ਨੇ ਉਹ ਸਾਹਮਣੇ ਚੀਜ਼ ਉਠਾ ਕੇ ਉਹ ਚਮਕਵਲੀ ਚੀਜ਼ ਦੇਖੀ ਕੀ ਹੈ ਤਾਂ ਉਹ ਸਿੱਖ ਜਦੋਂ ਉਹ ਲੈ ਕੇ ਆਉਂਦਾ ਇੱਕ ਘੜੇ ਦਾ ਟੁੱਟਾ ਹੋਇਆ ਠੇਕਰਾ ਜਿਸ ਦੇ ਵਿੱਚ ਕਦੇ ਘਿਓ ਪਿਆ ਸੀ ਗੁਰਦੇਵ ਸੱਚੇ ਪਾਸਕੰਦ ਇਹ ਤੁਹਾਡੇ ਸਵਾਲ ਦਾ ਜਵਾਬ ਹੈ ਇਸ ਦੇ ਵਿੱਚ ਘਿਓ ਕਦੋਂ ਪਿਆ ਕਿਤਨੇ ਦਿਨ ਇਹਨੂੰ ਬਾਹਰ ਪੈਣੋਂ ਹੋ ਗਏ ਧਰਤੀ ਤੇ ਪਰ ਇਸ ਦੇ ਅੰਦਰ ਉਹ ਕਿ ਸਮਾ ਗਿਆ ਕਹਿੰਦੇ ਜਿਸ ਤਰ੍ਹਾਂ ਇਸ ਠੇਕਰੇ ਦੇ ਅੰਦਰ ਉਹ ਕਿਉਂ ਸਮਾ ਜਾ ਗਿਆ ਹੈ ਇਸੇ ਤਰ੍ਹਾਂ ਇੱਕ ਦਿਨ ਪਰਮੇਸ਼ਰ ਦਇਆਮਯਾ ਕਰਨਗੇ ਤੁਹਾਡੇ ਮਨ ਦੇ ਵਿੱਚ ਵੀ ਇਹ ਬਾਣੀ ਆਪਣਾ ਕਰ ਕਰ ਜਾਵੇ ਬਚਨ ਨੇ ਬੜੇ ਸੁੰਦਰ ਬਣ ਲਿਖਿਆ ਹੈ ਕਹਿੰਦੇ ਜਿਸ ਤਰ੍ਹਾਂ ਇਸ ਠੇਕਰੇ ਦੇ ਅੰਦਰ ਕਹਿੰਦੇ ਰਹੀ ਚਿਕਨਤਾ ਠੇਕਰ ਮਾਹੀ ਜਿਸ ਤਰ੍ਹਾਂ ਇਸ ਤੇ ਚੱਕਣਾਈ ਰਹਿ ਗਈ ਠੇਕਰੇ ਦੇ ਅੰਦਰ ਕਿਉ ਗੁਰ ਰਹਿ ਬਾਣੀ ਬਣ ਬਾਣੀ ਮਨ ਮਾਹੀ ਕਿਉ ਗੁਰ ਰਹਿ ਬਾਣੀ ਮਨ ਮਾਹੀ ਇਸ ਤਰ੍ਹਾਂ ਕਦੇ ਬਾਣੀ ਵੀ ਇੱਕ ਦਿਨ ਤੁਹਾਡੇ ਮਨ ਦੇ ਵਿੱਚ ਘਰ ਘਰ ਜਾਵੇਗੀ ਤੁਸੀਂ ਉਸ ਨੂੰ ਪਵਿੱਤਰ ਬਾਣੀ ਨੂੰ ਪੜ੍ਹਦੇ ਰਹੋ ਪ੍ਰੇਮ ਦੇ ਨਾਲ ਪੜ੍ਹਦੇ ਰਹੋ ਆਦਬ ਦੇ ਨਾਲ ਪੜ੍ਹਦੇ ਰਹੋ ਸਤਕਾਰ ਦੇ ਨਾਲ ਪੜ੍ਹਦੇ ਰਹੋ ਟਿਕਾ ਦੇ ਵਿੱਚ ਬੈਠ ਕੇ ਉਸ ਨੂੰ ਪੜ੍ਹਦੇ ਰਹੋ ਉਸ ਨੂੰ ਯਾਦ ਕਰਦੇ ਰਹੋ ਸਤਿਗੁਰੂ ਸ੍ਰੀ ਹਰਿ ਰਾਏ ਮਹਾਰਾਜ ਸੱਚੇ ਪਾਸਾ ਦੇ ਕਰਤਾਰ ਦੋ ਸੁਪੁੱਤਰ ਹੁੰਦੇ ਨੇ ਇੱਕ ਦਾ ਨਾਮ ਬਾਬਾ ਰਾਮਰਾਏ ਦੂਜੇ ਦਾ ਨਾਮ ਤਨ ਸਤਗੁਰੂ ਸ੍ਰੀ ਹਰਿਕ੍ਰਿਸ਼ਨ ਮਹਾਰਾਜ ਜਿੰਨ ਦੇ ਬਚਨ ਆਪ ਪੜ੍ਹਦੇ ਆ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਢਿੱਠੇ ਸਭ ਦੁੱਖ ਜਾਏ ਤਾਂ ਜਦੋਂ ਉਹ ਰੰਗਜੀਵ ਗੱਦੀ ਤੇ ਬੈਠਦਾ ਉੱਥੇ ਸਤਗੁਰੂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬੁਲਾਉਂਦੇ ਨੇ ਮਹਾਰਾਜ ਸਤਗੁਰੂ ਜੀ ਨੇ ਆਪਣੇ ਵੱਡੇ ਸਹਿਬਜ਼ਾਦੇ ਬਾਬਾ ਰਾਮ ਰਾਏ ਨੂੰ ਉੱਥੇ ਭੇਜਿਆ ਇਤਿਹਾਸ ਕਰ ਲਿਖਦੇ ਨੇ ਉੱਥੇ ਇਸ ਨੇ ਵੱਡੀਆਂ ਜਿਹੜੀਆਂ ਨੇ ਬਹੱਤਰ ਕਰਾਮਾਤਾ ਵਿਖਾਈਆਂ ਕਿਉਂਕਿ ਉਹ ਰੰਗਦੇਵ ਸੁਕੇਨ ਸੀ ਕਰਾਮਾਤਾ ਦੇਖ ਕੇ ਕਿ ਉਹਨੂੰ ਡਰ ਵੀ ਸੀ ਇਹਨਾਂ ਕਰਮਾਤ ਤੋਂ ਦਰਦਾ ਵੀ ਸੀ ਅੰਦਰੋਂ ਵਿਰੋਧ ਵੀ ਕਰਦਾ ਸੀ ਕਿ ਕਿਤੇ ਗੁਰੂ ਘਰ ਦੇ ਅੰਦਰ ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਸ਼ਹੀਦੀ ਦਾ ਬਦਲਾ ਲਾਉਣਾ ਲੈ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਦਲਾ ਨਾ ਲੈਣਾ ਉਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤਾਂ ਗੁਰਦੇਵ ਸੱਚੇ ਪਾਤਸ਼ਾਹ ਜੀ ਸ੍ਰੀ ਹਰ ਰਾਏ ਸਾਹਿਬ ਜੀ ਇਹਨਾਂ ਕਰਾਮਾਤਾਂ ਦਾ ਵੀ ਪਤਾ ਲੱਗਦਾ ਹੈ ਮਹਾਰਾਜ ਤਾਂ ਉਸ ਵੇਲੇ ਇੱਕ ਦਿਨ ਇਹ ਬਾਣੀ ਪੜ ਰਹਾ ਹੈ ਸਾਹੀ ਦਬਾ ਦੇ ਹੇਠ ਆ ਕੇ ਜਦੋਂ ਇਹ ਪਵਿੱਤਰ ਬਾਣੀ ਪੜ ਰਿਹਾ ਉਦੋਂ ਬਾਣੀ ਦੇ ਬਚਨ ਤੇ ਇਹਨੇ ਮਿੱਟੀ ਮੁਸਲਮਾਨ ਕੀ ਪੀੜੇ ਪਈ ਘੁਮਿਆਰ ਇਸ ਨੇ ਉਸ ਦੁੱਖ ਨੂੰ ਮਿੱਟੀ ਬੇਈ ਮਾਰ ਦੀ ਪੜ ਦਿੱਤਾ ਜਦੋਂ 7ਵੇਂ ਪਾਸਾ ਸ੍ਰੀ ਹਰ ਰਾਇ ਮਹਾਰਾਜ ਸੱਤੇ ਪਾਸਨ ਪਤਾ ਲੱਗਦਾ ਤਾਂ ਉਸ ਵੇਲੇ ਬਚਨ ਕਰ ਦਿੰਦੇ ਨੇ ਕਿ ਸਾਡੇ ਮੱਥੇ ਨਹੀਂ ਲੱਗਣਾ ਅਤੇ ਸਿੱਖ ਸੰਗਤਾਂ ਨੂੰ ਵੀ ਸੁਨੇਹੇ ਭੇਜ ਦੇ ਨੇ ਭੇਜ ਦਿੱਤਾ ਕਿ ਇਹਨਾਂ ਨੇ ਵੋਲਗਰਾਂ ਦੇ ਪਵਿੱਤਰ ਬਾਣੀ ਜਿਹੜੀ ਹੈ ਉਸ ਨੂੰ ਉਸ ਦੇ ਤੁਕ ਪਲਟੇ ਕਹਿੰਦੇ ਇਹਨਾਂ ਦੇ ਇਹਨਾਂ ਦੇ ਜੋ ਕੁਝ ਹੁਕਮ ਜਾਂ ਕਹਿਣਾ ਇਹਨਾਂ ਦਾ ਨਹੀਂ ਮੰਨਣਾ ਗੁਰਦੇਵ ਪੱਤਰਕਾਂ 'ਵਲ ਲਿਖ ਕੇ ਭੇਜ ਦਿੰਦੇ ਨੇ ਸਿੱਖ ਸੰਸਨ ਤੋਂ ਬਾਣੀ ਦਾ ਸਤਕਾਰ ਮਹਾਰਾ ਸੱਚੇ ਪਾਤਸ਼ਾਹ ਬੇਅੰਤ ਕਰਦੇ ਨੇ ਤਨ ਸਤਗੁਰੂ ਸ੍ਰੀ ਹਰਾਈ ਮਹਾਰਾ ਸੱਚੇ ਪਾਤਸ਼ਾਹ ਜੀ ਜਿੱਥੇ ਇਸ ਸੰਸਾਰ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਅੰਦਰ ਬਾਣੀ ਦਾ ਸਤਕਾਰ ਆਪ ਵੇ ਕੀਤਾ ਤੇ ਸਾਨੂੰ ਕਰਨ ਦੀ ਹਦਾਇਤ ਵੀ ਕੀਤੀ ਕਿ ਆਪਾਂ ਵੀ ਉਸ ਪਰਮੇਸ਼ਵਰ ਅਕਾਲ ਪੁਰਖ ਪਰਮੇਸ਼ਵਰ ਦੀ ਬਾਣੀ ਜਿਸ ਨੂੰ ਪਵਿੱਤਰ ਬਾਣੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਾਹੂ ਵਾਹੂ ਬਾਣੀ ਨਿਰੰਕਾਰ ਹੈ ਇਸ ਜੀਵਨ ਅਵਰ ਨ ਕੋਏ ਉਹ ਪਵਿੱਤਰ ਬਾਣੀ ਆਪਾਂ ਵੀ ਪੜ੍ਹੀਏ ਜਿਸ ਨੂੰ ਤਨ ਸ੍ਰੀ ਹਰਿ ਰਾਏ ਸਾਹਿਬ ਦੇ ਪ੍ਰਤੀ ਭਾਈ ਨੰਦ ਲਾਲ ਜੀ ਨੇ ਬੜੇ ਬਚਨ ਕੀਤੇ ਨੇ ਭਾਈ ਨੰਦ ਲਾਲ ਜੀ ਲਿਖਦੇ ਨੇ ਹੱਕ ਪਰਵਰ ਹੱਕ ਕੇ ਗੁਰੂ ਕਰਤਾ ਹਰਿ ਰਾਏ ਕਹਿੰਦੇ ਗੁਰੂ ਕਰਤਾ ਹਰਿ ਰਾਏ ਧੰ ਸ੍ਰੀ ਹਰਿ ਰਾਏ ਮਹਾਰਾਜ ਸੱਚੇ ਪਾਸਾ ਜੀ ਹੱਕ ਦੇ ਪਾਲਣ ਵਾਲੇ ਹਨ ਅਤੇ ਮਹਾਰਾਜ ਜੀ ਸੱਚ ਦੇ ਮajou ਵਾਲੇ ਨੇ ਸੱਚੇ ਮੱਜ ਵਾਲੇ ਨੇ ਮਹਾਰਾਜਨ ਸ੍ਰੀ ਹਰਿ ਰਾਇ ਮਹਾਰਾਜ ਸੱਚੇ ਪਾਸ ਅੱਗੇ ਲਿਖਦੇ ਨੇ ਕਹਿੰਦੇ ਸੁਲਤਾਨ ਹਮ ਤਰਵੇਸ ਗੁਰੂ ਕਰਤਾ ਹਰਿ ਰਾਇ ਸੁਲਤਾਨ ਰਾਜਾ ਰਾਜੇ ਨੇ ਮਹਾਰਾਜ ਜੀ ਬਾਸ਼ਿਆ ਨੇ ਪਾਸ਼ਾ ਦੇ ਪਾਸਨ ਪਵਿੱਤਰ ਬਾਣੀ ਦੇ ਬਚਨ ਪੜ੍ਹਦੇ ਆਪ ਸੱਜਣ ਸੱਚਾ ਪਾਸ ਆਹੋ ਸਿਰ ਸਾਹਾਂ ਦੇ ਸਾਹੋ ਇਸ ਪਾਸ ਬਹਿਠੀਆਂ ਸੋਹੀ ਹੈ ਸਭਨਾ ਦਾ ਵਿਸਾਹ ਮਹਾਰਾਜ ਜੀ ਰਾਜਿਆਂ ਦੇ ਰਾਜ ਤੁਮ ਹੋ ਸਭ ਰਾਜਨ ਕੇ ਰਾਜ ਆਪੇ ਆਪ ਗਰੀਬ ਨਹੀਂ ਹੋਇਆ ਸੱਚੇ ਪਾਤਸ਼ਾਹ ਰਾਜੇ ਨੇ ਬਾਸਰ ਨੇ ਇਸ ਦੇ ਨਾਲ ਨਾਲ ਕਹਿੰਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਕੀਰ ਵੀ ਨੇ ਸਰਵੇਸ਼ ਵੀ ਤੋਂ ਤਨ ਸਤਿਗੁਰੂ ਸ੍ਰੀ ਹਰਿ ਰਾਇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਆਪ ਸਮੂਹੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਏ ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੇ ਤੁਕ ਮਾਤਰ ਵਿਚਾਰ ਸੱਚੇ ਪਾਤਸ਼ਾਹ ਤੋਂ ਇਤਰ ਜੀਵਨ ਦੇ ਵਿੱਚੋਂ ਵੰਛੀ ਚਾਤ ਵੀ ਮਾਰਨੀ ਬੜੀ ਔਖੀ ਹੈ ਬੜਾ ਉੱਚਾ ਤੇ ਸੋਚਾ ਜੀਵਨ ਮਹਾਰਾਜ ਜੀ ਦਾ ਸੋ ਟੂਕ ਮਾਤਰ ਵਿਚਾਰ ਦੀ ਸਾਹ ਚ ਪਏ ਬਿਆੰਤ ਬਿਆੰਤ ਗਲਤੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਨੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਸਤਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦੇਨ ਦੁਨੀ ਦੇ ਮਾਲਕ ਜੋ ਹਨ ਨੇ ਜੋ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਮਹਾਰਾਜ ਦੀ ਬਖਸ਼ਣ ਹਾਰ ਨੇ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ